ਉਹਦਾ ਗਲਾ ਵੱਡਾ ਲੱਗਦਾ ਇਹਨਾਂ ਨਾਲੋਂ ਵੀ ਪੱਠਾ ਜੇ ਦੂਸਰੀ ਬੁਲਾਈ ਚ ਆਉਣਾ ਪਿਛਲੇ ਸਾਲ ਦਾ ਨਿਕਲ ਪਿਛਲੇ ਸਾਲ ਐਂਡ ਤੇ ਉਹਨੇ ਕੋਈ ਵਾਲਾਂ ਕੀਤੀਆਂ ਹੀ ਨੇ ਹੁਣ ਇਹਦੇ ਕੋਲ ਸਮਝ ਲਿਆ ਵੀ ਪਹਿਲੀ ਬੁਲਾਈ ਹੁਣ ਹੀ ਸਮਝ ਲਓ ਤਿੱਤਰ ਦੀ ਸਾਈ ਜਾ ਰਹੀ ਹੈ ਦੋ ਸਾਲਾਂ ਹੋ ਗਿਆ ਉਹਨੂੰ ਦੋ ਸਾਲਾਂ ਦਾ ਹੋ ਗਿਆ ਪੌਣੇ ਦੋ ਸਾਲਾਂ ਦਾ ਕੱਦ ਵੀ ਇੰਨਾ ਹੈਗਾ ਬਲਕਿ ਇਹਨਾਂ ਨੂੰ ਇੰਚੀ ਉੱਚਾ ਹੀ ਹੋਏਗਾ ਜਿਹੜਾ ਇਹਨੇ ਪੱਠਾ ਰੱਖਿਆ ਹੈ ਮੈਂ ਲਿਆਉਣਾ ਸੀ ਲੇਕਿਨ ਨਹੀਂ ਫਿਰ ਮੈਂ ਕਿਹਾ ਵੀ ਠੰਡੀ ਆਵਾਜ਼ ਚੱਲੀ ਗਈ ਨਹੀਂ ਤਾਂ ਮੈਂ ਲਿਆਉਂਦਾ ਅੱਜ ਮੇਰਾ ਫੁੱਲ ਜ਼ੇਨ ਹੈਗਾ ਸੀ ਅਜੇ ਜਿੱਦਾਂ ਤੁਹਾਨੂੰ ਮੈਂ ਤਾਂ ਆਖਿਆ ਉਹਨੂੰ ਬਚਾ ਉਹਨੂੰ ਨਾ ਲਾ ਉਸਤਾਦ ਜੀ ਪੱਠਾ ਗੁੱਲ ਹੋ ਜਾ ਸੀ ਇਹਨੂੰ ਮੈਂ ਕਿਹਾ ਵੀ ਇਕੱਲਾ ਭਾਵੇਂ ਦਹ ਵਾਜਿਆ ਮਾਰੇ ਉਹਨੂੰ ਬਸ ਇੰਨਾ ਕੁਛ ਸੁਣ ਜਿੰਨਾ ਕੁ ਉਹਨੂੰ ਵਧਾਵਾਂ ਉਹ ਆਦਿ ਵਾਸਤੇ ਜਾਣੀ ਕਿ ਆਵਾਜ਼ਾਂ ਅਤੇ ਬਸ ਜਿੰਨਾ ਕੁ ਆਦੀ ਮਰਜ਼ੀ ਨਾਲ ਉਹ ਬੋਲੇ ਬੋਲੇ ਅਤੇ ਤਿੱਤਰਾਂ 'ਚ ਯਾਨੀ ਕਿ ਜ਼ਿਆਦਾ ਮਾੜਾ ਮੋਟਾ ਐਵੇਂ ਜੇ ਚੱਟ ਸ਼ੁਗਲ ਕਰਨਾ ਹੋਵੇ ਬਸ ਐਵੇਂ ਦਹ ਆਵਾਜ਼ਾਂ ਸੁਣਾਈਆਂ ਤਿੱਤਰਾਂ 'ਚ ਅਤੇ ਉਹ ਵੀ ਥੋੜ੍ਹਾ ਜਿਹਾ ਦੂਰ ਹੁਣ ਆ ਪਿਛਲੇ ਦਿਨਾਂ 'ਚ ਕੋਰਾ ਜਿਹਾ ਹੁਣ ਮੁੜ ਪਿਆ ਨਾ ਬਰਫ਼ਬਾਰੀ ਪੱਤੇ ਕੋਈ ਮਾੜੇ ਮੋਟੇ ਕੱਢੇ ਮੁੜ ਸੜ ਗਏ ਜਿਹੜੀਆਂ ਬਾਹਰ ਜੰਗਲ 'ਚ ਖੜੀਆਂ ਨੇ ਨਾ ਸਾਹ ਜੀ ਇੱਥੇ ਬਰਫ਼ ਉਹਨਾਂ 'ਤੇ ਨਹੀਂ ਪੈਂਦੀ ਬੂਟੇ 'ਤੇ ਕਿਸੇ 'ਤੇ ਵੀ ਉਹਦੀ ਵਜ੍ਹਾ ਕਿ ਚਾਰ ਸਵੇਰੇ ਦੀਵਾਰਾਂ ਨੇ ਹਵਾ ਦਾ ਡੱਕਾ ਹੁੰਦਾ ਜੰਗਲ ਵਿੱਚ ਹਵਾ ਹੁੰਦੀ ਖੁੱਲ੍ਹੀ ਉਹ ਫਿਰ ਇਸ ਕਰਕੇ ਜਾਣਾ ਨਹੀਂ ਤਾਂ ਮੈਂ ਹੁਣ ਉਹ ਬੂਟਾ ਜਿਹਾ ਜਿਵੇਂ ਅੱਜ ਮੈਂ ਆਇਆ ਸੀ ਮੈਂ ਮੇਰਾ ਜ਼ਿਹਨ ਸੀ ਮੈਂ ਅਲੱਗ ਚਾਰ ਪੰਜ ਵੇਖੇ ਨੇ ਸਵੇਰੇ ਅਤੇ ਅਲੱਗ ਜਿਵੇਂ ਗਿਆ ਅਤੇ ਉਹ ਤਾਂ ਮੈਂ ਬੂਟੇ ਵੇਖਦਾ ਰਿਹਾ ਲੇਕਿਨ ਮੈਨੂੰ ਬੂਟਾ ਕੋਈ ਵੀ ਨਹੀਂ ਦਿਖਿਆ ਸਾਫ਼ ਜਿਹੜੇ ਵੇਖੇ ਸੜਿਆ ਪੱਤੇ ਸਿਰਫ ਲੱਕੜਾਂ ਹੀ ਖਲੀਆਂ ਸਨ ਉਸਤਾਦ ਜੀ ਇੰਡੀਆ ਚ ਉਹਨੂੰ ਸੱਦੇ ਨੇ ਮਕੋਇਆ ਮਕੋਇਆ ਵੀ ਸੱਦੇ ਨੇ ਹਾਂਜੀ ਮਕੋਇਆ ਇੰਡੀਆ ਚ ਉਹਨੂੰ ਮਕੋਇਆ ਸੱਦੇ ਨੇ ਕਿਉਂਕਿ ਮੈਂ ਉਸਤਾਦ ਜੀ ਹਾਂਜੀ ਉਹ ਦੱਸ ਰਹੇ ਕਿ ਬੰਦੇ ਦੇ ਉਸਤਾਦ ਜੀ ਪੇਟ ਦੀ ਜਿਹੜੀ ਚਰਬੀ ਹੈ ਨਾ ਪੇਟ ਵਾਸਤੇ ਇਹ ਵੀ ਬਹੁਤ ਮੁਫੀਦ ਚੀਜ਼ ਹੈ ਇਹ ਮਕੋਇਆ ਕਿਉਂਕਿ ਮੈਂ ਨੈਟ 'ਤੇ ਅਗਰ ਸਰਚ ਕਰਦਾ ਰਹਿੰਦਾ ਕੋਈ ਨਾ ਕੋਈ ਚੀਜ਼ ਜਾਂ ਨਹੀਂ ਕਿਹਾ ਨਾ ਮੈਨੂੰ ਕੰਮ ਦੀ ਚੀਜ਼ਾਂ ਲੱਭਦੀਆਂ ਨੇ ਅਤੇ ਉਸਤਾਦ ਜੀ ਜਿਹੜੀ ਇਹ ਸਿਰਫ ਹੈਗਾ ਕਿ ਇਹ ਇਹਦੇ ਵਿੱਚ ਇਹ ਆਦਤ ਇਹਦੀ ਬਣ ਗਈ ਆ ਨੋਕ ਉਤਾਂ ਕਰਨ ਵਾਲੀ ਹੋਰ ਕੁਛ ਵੀ ਨਹੀਂ ਔਰ ਨਾ ਇਹ ਗਰਮ ਹੈ ਇਸ ਟਾਈਮ ਤਿੱਤਰ ਅਤੇ ਨਾ ਇਹ ਠੰਡਾ ਹੈ ਇਹ ਯਾਨੀ ਕਿ ਪੂਰੇ ਲੇਬਲ 'ਚ ਇਸ ਟਾਈਮ ਖੜਾ ਹੈ ਹਾਂਜੀ ਪੂਰਾ ਲੇਬਲ ਦੇ ਵਿੱਚ ਖੜਾ ਤਿੱਤਰ ਨੂੰ ਇਸ ਟਾਈਮ ਕਿਉਂਕਿ ਜਾਨਵਰ ਉਹ ਸ਼ਿਕਾਰੀ ਕਿਹਾ ਕਿ ਜਿਹੜਾ ਜਾਨਵਰ ਨੂੰ ਸਮਝੇ ਨਾ ਸ਼ੌਕ ਉਸਤਾਦ ਜੀ ਹਰ ਬੰਦਾ ਹੀ ਕਰ ਲੈਂਦਾ ਲੇਕਿਨ ਸ਼ੌਕ ਨੂੰ ਸਮਝਣ ਵਾਸਤੇ ਦਿਮਾਗ ਚਾਹੀਦਾ ਦਿਮਾਗ ਚਾਹੀਦਾ ਕਿ ਮੇਰਾ ਜਾਨਵਰ ਕੀ ਕਰ ਰਿਹਾ ਕਿੱਥੇ ਕੀ ਮੰਗਦਾ ਕੀ ਨਹੀਂ ਜਾਂ ਕਿਸ ਸ਼ਾਇਦ ਜ਼ਰੂਰਤ ਹੈ ਇਹਦਾ ਨਾਂ ਸ਼ੌਕ ਹੁਣ ਉਹ ਜਿਹੜਾ ਅਲੀਪੁਰ ਵਾਲਾ ਨਾ ਉਹਦੇ ਉਸਤਾਦ ਜੀ ਪਹਿਲੇ ਤਿੱਤਰ ਨੂੰ ਹੋਇਆ ਫਾਲਜ ਮੈਨੂੰ ਉਹਨੇ ਕਿਹਾ ਉਸਤਾਦ ਜੀ ਮੇਰਾ ਤਿੱਤਰ ਬਹੁਤ ਚੰਗਾ ਮੈਂ ਮੈਨੂੰ ਪਿਛਲੇ ਸਾਲ 5 ਲੱਖ ਰੁਪਈਆ ਵੀ ਲੱਗਿਆ ਆ 4 ਵੀ ਲੱਗਿਆ ਅਤੇ ਮੈਂ ਦਿੱਤਾ ਮੇਰਾ ਉਸਤਾਦ ਜੀ ਤਿੱਤਰ ਬਹੁਤ ਚੰਗਾ ਚੱਕਰੀਆਂ ਦੇ ਵਿੱਚ ਯਾਨੀ ਕਿ 2 ਵਾਰੀ ਫਸਟ ਲੱਗਿਆ ਪਿਛਲੇ ਸਾਲ 2 ਵਾਰੀ ਫਸਟ ਲੱਗਿਆ ਪਹਿਲੇ ਦੂਸਰੇ ਨੰਬਰ 'ਤੇ ਆਉਂਦਾ ਰਿਹਾ ਅਤੇ 3 ਕੁ ਵਾਰੀ ਦੂਸਰੇ ਨੰਬਰ 'ਤੇ ਆਇਆ ਅਤੇ 2 ਵਾਰੀ ਮੇਰਾ ਤਿੱਤਰ ਫਸਟ ਲੱਗਿਆ ਜੀ ਮੈਨੂੰ 4 ਵੀ ਲੱਗਿਆ 5 ਵੀ ਲੱਗਿਆ ਜਿੰਦਾ ਅਤੇ ਦੱਸੋ ਮੈਂ ਦੇਖ ਦੇਵਾਂਗਾ ਮੈਂ ਕਿਹਾ ਵੀ ਤੇਰਾ ਆਪਣਾ ਸ਼ੌਕ ਹੈ ਜਾਨਵਰ ਤੇਰਾ ਅਤੇ ਉਹ ਕਹਿੰਦਾ ਜੀ ਮੈਂ ਇਲਾਕੇ ਲੇਕਿਨ ਸਾਡੇ ਏਰੀਏ ਦੇ ਵਿੱਚ ਨਾ ਇਹ ਜਿਹਾ ਤਿੱਤਰ ਇਸ ਤਰ੍ਹਾਂ ਦਾ ਜਿਹੜਾ